ਮਾਰਨਿੰਗ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 6 ਸਤੰਬਰ 2022 ਦਿਨ ਮੰਗਲਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਟਿਊਜ਼ਡੇ ਕਹਿੰਦੇ ਹਾਂ T U E S D A Y ਟਿਊਜ਼ਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਵੱਡਿਆਂ ਦਾ ਸਤਿਕਾਰ ਕਰੋ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨਾਲ ਆਦਰ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਉਹਨਾਂ ਦਾ ਸਾਨੂੰ ਕਹਿਣਾ ਮੰਨਣਾ ਚਾਹੀਦਾ ਹੈ ਬੱਚਿਓ ਜੋ ਸਾਡੇ ਵੱਡੇ ਹੁੰਦੇ ਹਨ ਉਹ ਹਮੇਸ਼ਾ ਸਾਡੀ ਭਲਾਈ ਬਾਰੇ ਸੋਚਦੇ ਹਨ ਹਮੇਸ਼ਾ ਸਾਨੂੰ ਗਾਈਡ ਕਰਦੇ ਹਨ ਕਿ ਅਸੀਂ ਕੋਈ ਗਲਤੀ ਨਾ ਕਰੀਏ ਅਤੇ ਸਾਡਾ ਕੋਈ ਨੁਕਸਾਨ ਨਾ ਹੋਵੇ ਬੱਚਿਓ ਸਾਨੂੰ ਕਦੇ ਵੀ ਵੱਡਿਆਂ ਨੂੰ ਹਰਟ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਸਾਨੂੰ ਸਿੱਖਿਆ ਦਿੰਦੇ ਹਨ ਉਹ ਸਿੱਖਿਆ ਦਾ ਪਾਲਨ ਕਰਨਾ ਚਾਹੀਦਾ ਹੈ ਆਓ ਕਰਦੇ ਹਾਂ ਗਿਆਨ ਵਿਗਿਆਨ ਗੇਟਵੇ ਆਫ ਇੰਡੀਆ ਕਿੱਥੇ ਸਥਿਤ ਹੈ? ਗੇਟਵੇ ਆਫ ਇੰਡੀਆ ਮੁੰਬਈ ਵਿਖੇ ਸਥਿਤ ਹੈ। ਪੰਜਾਬ ਦੇ ਕੋਈ 10 ਜ਼ਿਲ੍ਹਿਆਂ ਦੇ ਨਾਮ ਦੱਸੋ। ਬੱਚਿਓ ਪੰਜਾਬ ਦੇ 10 ਜ਼ਿਲ੍ਹਿਆਂ ਦੇ ਨਾਮ ਹਨ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ। ਸਾਡੇ ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ? ਬੱਚਿਓ ਸਾਡੇ ਸੂਰਜ ਮੰਡਲ ਵਿੱਚ 8 ਗ੍ਰਹਿ ਹਨ। ਜ਼ੀਰੋ ਦੀ ਖੋਜ ਕਿਸ ਨੇ ਕੀਤੀ? ਜ਼ੀਰੋ ਦੀ ਖੋਜ ਆਰੀਆ ਪਟਨੇ ਨੇ ਕੀਤੀ ਸੀ। ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁਲ ਬਾਅਦ ਕਿਹੜੀ ਸੰਖਿਆ ਹੈ? ਬੱਚਿਓ, ਦੋ ਅੰਕਾਂ ਦੀ ਸਭ ਤੋਂ ਛੋਟੀ ਤੋਂ ਛੋਟੀ ਸੰਖਿਆ 10 ਹੁੰਦੀ ਹੈ ਤੇ ਉਸ ਤੋਂ ਜਿਹੜੀ ਅਗਲੀ ਸੰਖਿਆ ਆ ਉਹ ਕਿੰਨੀ ਹੋਏਗੀ? ਉਹ ਹੋਏਗੀ 11। ਆਓ ਬੁਝੀਏ ਜਾਂ ਅੱਜ ਦੀ ਮੁਝਾਰਤ ਇਨਾਂ ਕੋ ਆਲਾ ਵਿੱਚ ਗੁਟਕੋ ਬੋਲੇ। ਬੱਚਿਓ ਜੋ ਅੱਜ ਦੀ ਮੁਜਾਰਤ ਹੈ ਉਸ ਦਾ ਉੱਤਰ ਹੈ ਜੀਬ ਆਓ ਕਰਦੇ ਹਾਂ ਰੋਜ਼ੀ ਤਰ੍ਹਾਂ ਅੱਜ ਦੇ ਵਰਡਸ ਫਾਰ ਪ੍ਰੈਕਟਿਸ ਫਰਸਟ ਵਰਡ ਇਜ਼ ਫਰੈਸ਼ F R E S H ਫਰੈਸ਼ ਫਰੈਸ਼ ਮੀਨ ਬੱਚਿਓ ਤਾਜ਼ਾ ਕੋਈ ਵੀ ਫਲ ਫਰੂਟ ਸਬਜੀ ਜਾਂ ਜਦੋਂ ਅਸੀਂ ਜੂਸ ਫਰੈਸ਼ ਲੈਂਦੇ ਹਾਂ ਤਾਂ ਅਸੀਂ ਉਸ ਨੂੰ ਤਾਜ਼ਾ ਕਹਿੰਦੇ ਹਾਂ फ्रिज एफ आर आई डी जी ई फ्रिज फ्रिज मतलब फ्रिज ਜਾਂ ਇਸ ਨੂੰ ਆਪਾਂ ਰੈਫਰਿਜਰੇਟਰ ਵੀ ਕਹਿ ਦਿੰਦੇ ਹਾਂ ਨੈਕਸਟ ਵਰਡ ਇਜ਼ ਫਰੇਮ एफ आर ए एम ई ਫਰੇਮ ਫਰੇਮ ਬੱਚਿਓ ਅਸੀਂ ਇਸ ਨੂੰ ਪੰਜਾਬੀ ਦੇ ਵਿੱਚ ਵੀ ਫਰੇਮ ਹੀ ਕਹਿੰਦੇ ਹਾਂ ਇਹ ਜਿਹੜਾ ਫੋਟੋ ਫਰੇਮ ਵੀ ਹੋ ਸਕਦਾ ਹੈ ਨੈਕਸਟ ਵਰਡ ਇਜ਼ ਫ੍ਰੀਜ਼ एफ आर ਡਬਲ ਈ ਜੈਡ ਈ ਫ੍ਰੀਜ਼ ਫ੍ਰੀਜ਼ ਵਿੱਚ ਆਪਾਂ ਕਹਿੰਦੇ ਹਾਂ ਜਦੋਂ ਬਰਫ਼ ਦੇ ਕਾਰਨ ਜਾਂ ਠੰਡ ਦੇ ਕਾਰਨ ਕੋਈ ਚੀਜ਼ ਜੰਮ ਜਾਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਵੀ ਉਹ ਚੀਜ਼ ਫ੍ਰੀਜ਼ ਹੋ ਗਈ ਹੈ ਲਾਸਟ ਵਰਡ ਇਜ਼ ਫਰੰਟ ਐਫ ਆਰ ਓ ਐਨ ਟੀ ਫਰੰਟ ਫਰੰਟ ਮੀਨ ਸਾਹਮਣੇ ਜਦੋਂ ਅਸੀਂ ਕਿਸੇ ਚੀਜ਼ ਦੇ ਸਾਹਮਣੇ ਬੈਠੇ ਹੋਈਏ ਖੜੇ ਹੋਈਏ ਜਾਂ ਕੋਈ ਚੀਜ਼ ਕਿਸੇ ਚੀਜ਼ ਦੇ ਸਾਹਮਣੇ ਹੋਵੇ ਤਾਂ ਅਸੀਂ ਉਸਨੂੰ ਫਰੰਟ ਕਹਿੰਦੇ ਹਾਂ ਅਤੇ ਕਿਸੇ ਚੀਜ਼ ਦੇ ਜੋ ਅਗਲਾ ਹਿੱਸਾ ਹੈ ਉਸ ਨੂੰ ਵੀ ਅਸੀਂ ਫਰੰਟ ਕਹਿੰਦੇ ਹਾਂ ਬੱਚਿਓ ਅੱਜ ਦੀ ਮਾਰਨਿੰਗ ਅਸੈਂਬਲੀ ਵਿੱਚ ਅਸੀਂ ਅੰਗਰੇਜ਼ੀ ਵਿਸ਼ੇ ਦੀਆਂ ਗਤੀਵਿਧੀਆਂ ਕਰਾਂਗੇ ਜਿਸ ਦੇ ਵਿੱਚ ਰਾਈਮਸ ਐਕਸ਼ਨ ਵਰਡਸ ਇੰਟਰੋਡਕਸ਼ਨ ਥੀਮਸ ਐਟ ਸੈਟਰਾ ਕਰਾਂਗੇ ਬੱਚਿਓ ਇਹ ਸੀ ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਰੋਜ਼ ਦੀ ਤਰ੍ਹਾਂ ਅੱਜ ਵੀ ਤੁਸੀਂ ਕੁਝ ਨਵਾਂ ਇਸ ਦੇ ਵਿੱਚੋਂ ਸਿੱਖੋਗੇ ਅਤੇ ਉਸ ਨੂੰ ਬਾਅਦ ਵਿੱਚ ਰਿਵਾਈਜ਼ ਕਰੋਗੇ ਥੈਂਕ ਯੂ ਬੇਟਾ ਜੀ